ਮਲੇਰਕੋਟਲੇ ਵਿੱਚ ਵਾਪਰ ਚੱਲਾ ਸੀ ਇੱਕ ਵੱਡਾ ਹਾਦਸਾ, ਜਿੱਥੇ ਕਿ ਅਚਾਨਕ ਇੱਕ ਸੀਵਰੇਜ ਵਿੱਚੋਂ ਬਲਾਸਟ ਹੋ ਗਿਆ। ਤੁਸੀਂ ਸੀਸੀਟੀਵੀ ਕੈਮਰੇ ਵਿੱਚ ਦੇਖ ਸਕਦੇ ਹੋ ਕਿ ਆਲੇ ਦੁਆਲੇ ਦੇ ਰਾਹਗੀਰ ਆ ਜਾ ਰਹੇ ਨੇ ਤੇ ਸੀਵਰੇਜ ਵਿੱਚੋਂ ਇੱਕੋ ਦਮ ਬਲਾਸਟ ਹੋ ਜਾਂਦਾ ਹੈ, ਪਰ ਇੰਨਾ ਕੁ ਬਚਾ ਲਿਆ ਜਾਂਦਾ ਹੈ ਕਿ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੁੰਦਾ। ਆਲੇ ਦੁਆਲੇ ਬੱਚੇ ਮੌਜੂਦ ਸੀ, ਦੁਕਾਨਾਂ ਸੀ, ਪਰ ਧਮਾਕੇ ਕਾਰਨ ਕਿਸੇ ਦਾ ਨੁਕਸਾਨ ਨਹੀਂ ਹੁੰਦਾ। ਸੀਵਰੇਜ ਵਿੱਚੋਂ ਬਲਾਸਟ ਹੋ ਕੇ ਅੱਗ ਨਿਕਲਣ ਲੱਗ ਜਾਂਦੀ ਹੈ ਤੇ ਆਲੇ ਦੁਆਲੇ ਦੇ ਬੱਚੇ ਭੱਜ ਕੇ ਦੁਕਾਨ ਦੇ ਅੰਦਰ ਵੜ ਜਾਂਦੇ ਨੇ।